की हाल चाल जी? वधिया, ठीक ठाक। वीडियो नु करो शेयर, लाइक, कमेंट, चैनल करो सब्सक्राइब। लो जी, कल झोना वढ़ के आए ने। अज कहिंदे अद्धा घंटा टाइम हैगा। जिहड़ी कालस जी आ ला दी है, लगे हुए ने धोण मशीन, आ देखो। ते उस तों बाद जाणा वढ़न मक्की वाली कालस। बहुत सीगी, इक पाइप फट गया जी उत्ते, उहदे कारण तेल डुल्लिया होया सी। उह फिर कालस जम जांदी आ हाइड्रोलिक वाला। लगे हुए लड्डू होनी धोन। डीजल पा ला इन, डीजल लड्डू जा बुरश न फेर दे हाथ। ये कालस तां लहूगी, देखो किन्ना मैल लही है। मैं जी जमी हुई हो रही है, तो मार पानी है रिम जो हाथ फेरिया वै जम जाना। हाँ जी, मोटर की बनाई हो रही है, देखो कला बाई करता। ये भी फोरमैन ऑल अराउंडर है, कोई मर्जी काम करा लो ये तो। हाँ देखो, सारी जानता है। उम्र ना अंदाजा लाए, भी छोटी उम्र का, पर कम सारी जानता भीर। कोई यह जहा कम नहीं। ये रिंकू का छोटा भाई है, रिंकू फोरमैन का अपने का। जस्सा बाई का खड़ा सवेरे सवेरे एक घंटा रोज़ ये मोटर से लाँदा, रोज़ एक बनता, बद नहीं रोजाना ही। देखो जानू वर्कशॉप का काम स्टार्ट होंदा, जानू ये एक मोटर फाइनल कर दिंदा। अगर फोरमैन आ देखो पेंटर साहब अजे पहुंचे नहीं। दूआ फोरमैन पत्तियां वड्डी फिरदा साइडां वालियां। मित्रों रंग तैयार हो रहा, मैचिंग करके काला बाई आप ही कर लैंदा। हुण इहनूं इहदी भी माड़ी मोटी जांच होगी वधिया, भी किहड़ा किहड़ा पा के किदां दा रंग बणदा। बना रहे ने, आ देखो सारे घोल के तरह तरह के इहने रंग बनाता भीर ने। विच आ पाया ग्रीन, आ पाया येलो भी पाया। पेट्रोल आपां तां पाउणा है क्योंकि आपां नूं काली आ छेती सुक जूगा। जस्सा बाई हिला रहा, देखो आ फोरमैन साहब ने काला जी ने ट्राली तैयार करी है। बहुत ज्यादा घेंट बनाई है ट्राली, पूरी टॉप की बनी है। रूह जो भी आनंद आ गया पूरा, पर टाइम तो लग गया जरूर। तो काला बाई लग गया जी पेंट करना, देखो प्राइमर के उपर ब्रेक मार मार लिया जी वीर ने। आ देखो चलता काला बाई, पेंटर बाई तो आया नहीं, आप ही लग गया वीर। ਉਹਨੂੰ ਬੁਲਾ ਲਿਆ ਕਾਲੇ, ਕਿਉਂਕਿ ਥੱਲੇ ਵੀ ਪੇਂਟ ਮਾਰਨਾ ਆਪਾਂ ਕਾਲਾ, ਕਿਉਂ ਮੁੜ ਕੇ ਰਹਿ ਜਾਣਾ ਵੀਰੇ ਇਹ। ਹਾਂ ਟੈਨਸ਼ਨ ਨਹੀਂ, ਅਸੀਂ ਵੱਢਣੀ ਆ, ਸਾਨੂੰ ਆਇਆ ਵੀ ਮਸ਼ੀਨ ਚੱਲਦੀ ਹੋ ਜਾਵੇ ਅੱਜ। ਹੋਰ ਉਹਨਾਂ ਵਾਲਾ ਤਾਂ ਪਾਉਣਾ ਪਾਉਣਾ, ਇਹ ਵੀ ਆਉਣਾ ਇੱਕ ਸਾਈਜ਼ ਤੇਰੇ ਕੋ, ਇਹ ਨਹੀਂ ਪਤਾ ਤੂੰ ਕਰਦਾ ਹੈਗਾ ਹੁਣ। ਇਹ ਵੀ ਉਹ ਕਹਿੰਦਾ ਵਾ ਤੇਰਾ ਦੇਖਣਾ ਟਰਾਲਾ, ਦੇਖੋ ਇੱਦਾਂ ਦਾ ਕਰਤਾ ਵੀਰ ਨੇ ਤਿਆਰ ਲੱਗਿਆ ਹੋਇਆ, ਚੱਲਦਾ ਕੰਮ ਕਾਰ। ਆ ਦੇਖੋ ਬੈਲਡਿੰਗ ਭਰਦੇ ਨੇ, ਕਾਲਾ ਬਾਈ ਉਹ ਖੜਾ ਅਤੇ ਇੱਦਾਂ ਇਹੋ ਜਿਹਾ ਪੇਂਟ ਹੋਇਆ। ਆਪਾਂ ਕੰਬਾਈਨ ਨਾਲ ਦਾ ਹੀ ਕਰਾਤਾ ਪੇਂਟ, ਪਰ ਵੈਸੇ ਕੰਬਾਈਨ ਤੋਂ ਤਾਂ ਫਰਕ ਆ ਥੋੜ੍ਹਾ ਜਿਹਾ। ਕੰਮ ਨੇ ਨਿਬੜਨਾ, ਆਪਾਂ ਨੂੰ ਫੋਨ ਆਈ ਜਾਂਦੇ ਨੇ ਵੱਢਣ ਵਾਲੇ ਵੀਰਾਂ ਦੇ। ਟਾਈਮ ਵੀ ਹੈਗਾ ਵੱਢਣ ਦਾ ਮਿੱਤਰੋ, ਜੇ ਕਿਸੇ ਦਾ ਕੰਮ ਹੋਊਗਾ ਤਾਂ ਹੀ ਫਾਇਦਾ ਅਗਲੇ ਨੂੰ। ਟਿੱਕੀਆਂ ਹੋਈਆਂ ਨੇ, ਮੀਂਹ ਪਿਆ ਵਾ, ਬਹੁਤ ਜ਼ਿਮੀਂਦਾਰਾਂ ਦੇ ਫੋਨ ਆਉਂਦੇ ਨੇ। ਤੋ ਦੇਖੋ ਇੱਦਾਂ ਬਣਾਤਾ ਜਗਾਰਮੈਂਟ ਮਗਰਲਾ, ਆਹ ਪਾਤੀਆਂ ਪਿੰਨਾਂ ਪੁੰਨਾਂ ਸੈੱਟ ਕਰਤਾ ਇਹਨੂੰ। ਓਕੇ ਫੋਰਮੈਨ ਨੇ
ਹੈਗੀ ਆ ਹੈ ਨਾ ਸਹੀ ਆ ਤੇ ਪੱਤੀ ਵੀ ਮੋਟੀ ਪਾਤੀ ਅਲੇ ਪੈਰ ਲਵਾ ਦੇ ਦਬੜ ਤੋਂ ਹੋਏ ਪਾਸੇ ਹੋਰ ਮੈਂ ਲੱਗਿਆ ਲੀਡ ਭਰਨੇ ਚੰਗੀ ਤਰ੍ਹਾਂ ਅੱਜ ਪੇਂਟਰ ਆਇਆ ਹੀ ਨਹੀਂ ਹੈਗਾ ਮੈਂ ਲੱਗਦਾ ਕਾਲੇ ਬਾਈ ਨੂੰ ਹੀ ਰੰਗ ਕਰਨਾ ਪੈਣਾ ਮਿਸ ਮਾਰ ਗਿਆ ਕਾਲਾ ਬਾਈ ਵਿਚਾਰਾ ਉਹ ਥੱਲੇ ਪਿਆ ਰਹਿ ਦੇ ਜਾਂਦਾ ਨੇ ਥੋੜ੍ਹਾ ਹੋਰ ਮੈਂ ਸਾਹਿਬ ਦਾ ਗੰਨ ਨਾਲੇ ਜਾ ਰਿਹਾ ਵੀਰੇ ਅਤੇ ਨੀਮ ਹੈ ਬਹੁਤ ਔਖਾ ਹੈ ਰੰਗ ਕਰਨਾ ਕਾਲੇ ਲਿਫਟ 'ਚ ਕਾ ਲੈਂਦਾ ਮੂਹਰੇ ਉੱਚਾ ਕਰ ਲੈਂਦਾ ਔਖੇ ਨਾਲੋ ਮਿੱਤਰੋ ਅੱਜ ਕਾਲਾ ਹੀ ਡਿੱਕੇ ਆਇਆ ਵਾ ਵਿਚਾਰਾ ਰੰਗ ਨੂੰ ਇਹ ਆਲਰਾਊਂਡਰ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਇਹ ਆਲਰਾਊਂਡਰ ਬੰਦਾ ਇਹ ਕੁਝ ਵੀ ਕਰ ਸਕਦਾ ਦੇਖੋ ਗਗਨੀ ਆਹ ਖੜਾ ਇਹਨੇ ਪਹਿਲਾਂ ਸੀਜ਼ਨ ਆਪਣਾ ਬੇਲਰ ਨਾਲ ਲਵਾਇਆ ਸੀ ਆਹ ਦੇਖੋ ਆਹ ਖੜਾ ਦੋ ਚਾਰ ਦਿਨ ਰਹਿੰਦੇ ਸੀ ਐਂਡ ਜੇ ਤੇ ਮੁੜ ਕੇ ਇਹਦੀ ਜੀਪ ਨਿਕਲਿਆ ਸੀ ਬਾਹਰ ਹੋਰ ਹੀ ਸਾਨੂੰ ਸਮਝ ਆਈ ਵੀ ਕਾਹਤੇ ਡਾਕਟਰ ਦੇ ਵੀ ਲਿਜਾਣਾ ਪਿਆ ਦੁਪਹਿਰੇ 'ਚ ਡਾਕਟਰ ਦੇ ਲਿਜਾਣਾ ਪਿਆ ਕੋਈ ਕੁਛ ਕਹੇ ਇਹਨੂੰ ਕੋਈ ਕੁਛ ਕਹੇ ਕਹਿੰਦੇ ਦੰਦਲ ਪੈ ਗਈ ਕੁਛ ਹੋ ਗਿਆ ਨਹੀਂ ਸਮਝ ਆਈ ਮੁੜ ਕੇ ਰਿੰਕੂ ਡਰ ਗਿਆ ਉਹਨੇ ਫਿਰ ਨਾਲ ਰੱਖਿਆ ਹੀ ਨਹੀਂ ਵੀ ਕਿਤੇ ਗਲੇ ਨਾ ਪੈ ਜਾਵੇ ਵਿਚਾਰਾ ਫਿਰਦਾ ਹਾਲੇ ਆਹ ਦੇਖੋ 19 ਦੀ ਗੱਲ ਹੈ ਹੁਣ 23 ਚੜ ਗਿਆ ਦੇਖ ਲਓ ਮਿੱਤਰੋ ਮੌਸਮ ਹੋ ਗਿਆ ਖਰਾਬ ਦੇਖੋ ਬੱਦਲ ਬਹੁਤ ਆ ਗਿਆ ਚੜ ਕੇ ਮੌਸਮ ਵਿਗੜ ਗਿਆ ਧੁੱਪ ਵੀ ਨਿਕਲੀ ਹੋਈ ਹੈ ਮਾੜੀ ਮੋਟੀ ਚੱਲਦਾ ਜੀ ਰੰਗ ਰੰਗ ਦਾ ਕੰਮ ਕਾਲਾ ਬਾਈ ਲੱਗਿਆ ਹੋਇਆ ਜੀ ਮਿੱਤਰੋ ਲਓ ਜੀ ਪਾਤੀਆਂ ਚਾਦਰਾਂ ਫੋਰਮੈਨ ਉਹਨਾਂ ਨੇ ਟਰਾਲੇ 'ਚ ਥੱਲੇ ਲੱਗੇ ਹੋਏ ਨੇ ਟਾਂਕੇ ਲਾਉਣ ਕਾਲਾ ਬਾਈ ਕਰਦਾ ਪੇਂਟ ਇੱਧਰ ਅਤੇ ਇਹਨਾਂ ਨੇ ਕਰਤਾ ਕੰਪਲੀਟ ਟਰਾਲਾ ਦੋਹਾਂ ਨੇ ਫੋਰਮੈਨ ਉਹਨਾਂ ਨੇ ਆਦੇ ਲੱਗਿਆ ਹੋਇਆ ਚਾਦਰ ਨੂੰ ਟਾਂਕੇ ਲਾਉਂਦੇ ਨੇ ਥੱਲੇ ਉਹ ਜੀ ਮਿੱਤਰੋ ਕਰੀਮ ਕਲਰ ਕਰਤੇ ਰਿਮ ਕਾਲੇ ਨੇ ਆਪਾਂ ਤਾਂ ਕਿਹਾ 20 ਰੁਪਏ ਦੇ ਨੇ ਆਪੇ ਕਰਕੇ ਆਪਣੀ ਮਰਜ਼ੀ ਨਾਲ ਅਤੇ ਜਾਂ ਕਿਹੜਾ ਰੰਗ ਉੱਡ ਪੈਂਦਾ ਉਹਨਾਂ ਨੂੰ ਬਣਾਇਆ ਗਿਆ ਜੱਸਾ ਦੇਖੋ ਟਕੂਸੀਆਂ ਲਾਉਂਦਾ ਕਰ ਹੁਣ ਮਿੱਤਰੋ ਦੇਖੋ ਕਾਲਾ ਬਾਈ ਲੱਗ ਗਿਆ ਸਟਿੱਕਰ ਲਾਉਣ ਆਹ ਦੇਖੋ ਤਾਂ ਹੋਏ ਦਾ ਸਟਿੱਕਰ ਮਗਰਲੇ ਪਾਸੇ ਆਪਾਂ ਹਾਂਜੀ ਸਟਿੱਕਰ ਲੱਗ ਰਹੇ ਨੇ ਦੇਖੋ ਕਾਲਾ ਬਾਈ ਅਤੇ ਜੱਸਾ ਬਾਈ ਦੋਏ ਲਾਉਂਦੇ ਨੇ ਕਾਲਾ ਬਾਈ ਲੱਗਿਆ ਜੀ ਮੱਥਾ ਟੇਕਣ ਲਓ ਅਤੇ ਜੱਸੇ ਬਾਈ ਨੇ ਵੀ ਟੇਕਤਾ ਹੋ ਗਈ ਜੀ ਓਕੇ ਰਿਪੋਰਟ ਚੱਲਦਿਆਂ ਲੈ ਕੇ ਪਿੰਡ ਨੂੰ ਪਾਉਂਦੇ ਹਾਂ ਟਰੈਕਟਰ ਸਾਨੂੰ ਵੀ ਆਇਆ ਵਾ ਨਾਲ ਜੱਸਾ ਬਾਈ ਲੱਗਿਆ ਜੀ ਪਾਉਣ ਟਰਾਲੀ ਚੱਲਦਿਆਂ ਲੈ ਕੇ ਕੰਡਾ ਕਰਾਉਣਾ ਕਿੰਨਾ ਵਜਨ ਇਹਦਾ ਦੇਖਦੇ ਹਾਂ ਕਿੰਨੇ ਕੁ ਕੁਆਂਟਲ ਦੀ ਹੁੰਦੀ ਆ 20 ਬਾਈ ਜੋ ਵੀ ਹੁੰਦੀ ਆ ਜੀ ਮਿੱਤਰੋ ਕੰਡਾ ਕਰਨ ਲੱਗਿਆ ਦੇਖੋ ਆ ਗਏ ਕੰਡੇ 'ਤੇ ਲੈ ਕੇ ਟਰਾਲਾ ਆਪਾਂ ਕੱਲਾ ਵਜਨ ਦੇਖਣਾ ਇਹਦਾ ਕਿੰਨਾ ਦੱਸਦੇ ਹਾਂ ਤੁਹਾਨੂੰ ਕਿੰਨਾ ਵਜਨ ਹੈ ਇਹਦੇ 'ਚੋਂ ਉਹਦੇ 'ਚੋਂ ਆਪਾਂ ਟਾਇਰਾਂ ਦਾ ਵਜਨ ਕੱਢਣਾ ਪੰਜਾਂ ਦਾ ਇੱਕ ਟਾਇਰ 33 ਕਿਲੋ 500 ਗ੍ਰਾਮ ਦਾ ਸੀਗਾ ਮੈਂ ਤੱਕਿਆ ਹੀ ਇੱਥੇ ਸੀਗਾ 20 ਤੋਂ 22 ਕੁਆਂਟਲ ਦੇ ਵਿੱਚ ਵਿੱਚ ਤੱਕਿਆ ਸੀ ਮਾੜੀ ਜਿਹੀ ਲਿਫਟ ਲਾ ਦੇ ਪੋਲੀ ਕੁ ਹੋ ਜਾ ਪਰੇ ਕਰ ਲਾ ਗਾਹਾਂ ਗਾਹਾਂ ਕਰ ਲਾ ਲ
लो जी मित्रों 24 क्वांटल 24.5 क्वांटल वजन हो गया मेरे भीरे वो टायर कट लेने आप ਮਿੱਤਰੋ ਆ ਗਿਆ ਜੀ ਜੱਸਾ ਬਾਈ ਲੈ ਕੇ ਟਰਾਲਾ ਲਓ ਜੀ ਇੱਕ ਖੇਤੀ ਦੇ ਸੰਦ 'ਚ ਹੋਰ ਹੋਇਆ ਵਾਧਾ ਬਾਬੇ ਨਾਨਕ ਦੀ ਕਿਰਪਾ ਨਾਲ ਲੱਦਣੀ ਆਪਾਂ ਕੰਬਾਈਨ ਤੁਹਾਨੂੰ ਪਤਾ ਹੀ ਹੈ ਤਿੰਨ ਦਿਨ ਦਾ ਚੱਲਦਾ ਜੀ ਕੰਮ ਕਾਰ ਹੁਣ ਜਾ ਕੇ ਕਰਦੇ ਹਾਂ ਦੋਹੜੇ ਦੇ ਕੰਬਾਈਨ ਮਿੱਤਰੋ ਆ ਗਿਆ ਜੀ ਜੱਸਾ ਬਾਈ ਲੈ ਕੇ ਟਰਾਲੀ ਅਤੇ ਗੁੜੀਆ ਲੱਗੀ ਆਪਦਾ ਕਰਨ ਆ ਦੇਖੋ ਤੇ ਚੌਂਕ ਵੀ ਮੈਨੂੰ ਲੱਗਦਾ चाओ हम बेचारी हरजीत कौर और ट्रैक्टर के टायर पर पा दे तो माड़ा उत्ते बैठू हरवाज एक ने पिछे हो जा मूहरे बिठा लू बह जा बह जा कोई ना एक ने मूहरे बह जा पत्त लो जी मशीन चढ़ाने लगे नवे ट्राले ते देखदा पीरा चढ़ाती मशीन उपर नवे ट्राले दे डर जहा बहुत लगे ही चढ़ाने लगे पहले करती शुरुआत जी एन ओके रिपोर्ट आ ਉਹ ਜਾਉਂਦੇ ਨੇ ਥੋੜੀ ਜਿਹੀ ਹੋ ਜਾਂਦੇ ਆ ਟਰੈਕਟਰ।